ਸਕਿੰਟਾਂ ਵਿੱਚ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਕੁਝ ਕੁ ਦਿਨ ਪਹਿਲਾਂ ਤੁਸੀਂ ਇੱਕ ਵੀਡੀਓ ਦੇਖੀ ਸੀ ਕਿ ਇੱਕ ਪੁਲਿਸ ਦਾ ਥਾਣੇਦਾਰ ਕੁੱਕੜ ਨੂੰ ਚੋਗਾ ਪਾ ਰਿਹਾ ਸੀ। ਅਸਲ ਦੇ ਵਿੱਚ ਉਹ ਕਾਰਵਾਈ ਕੀਤੀ ਸੀ ਬਠਿੰਡਾ ਦੇ SSP ਨੇ ਉਸ ਪਿੰਡ ਵਾਲਿਆਂ ਦੇ ਖਿਲਾਫ ਜਿਹੜੇ ਕਿ ਕੁੱਕੜਾਂ ਦੀ ਬਾਜ਼ੀ ਕਰਵਾ ਰਹੇ ਸੀ, ਜਿਹੜੀ ਦੇਸ਼ ਦੇ ਵਿੱਚ ਪਾਬੰਦੀ ਲੱਗੀ ਹੋਈ ਆ ਅਤੇ ਉਸ 'ਤੇ ਇੱਕ ਐਕਟ ਨਵਾਂ ਬਣਿਆ ਹੋਇਆ ਹੈ ਜਿਸ ਦੇ ਵਿੱਚ ਪੰਛੀਆਂ 'ਤੇ ਜ਼ੁਲਮ ਕਰਨ ਦਾ ਐਕਟ ਆ ਜਿਹੜਾ ਉਹ ਲਾਗੂ ਹੁੰਦਾ ਅਤੇ ਉਹਨਾਂ ਨੇ ਤੁਰੰਤ ਕਾਰਵਾਈ ਕਰ ਦਿੱਤੀ ਸੀ। ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੀ ਇੱਕ ਇਸੇ ਤਰ੍ਹਾਂ ਦੀ ਬਾਜ਼ੀ ਪਾਈ ਗਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਹੁਣ ਜਦੋਂ ਸੱਪ ਲੰਘ ਗਿਆ ਲਕੀਰ ਕੁੱਟਣ ਦੇ ਲਈ, ਗੋਂਗਲੂਆਂ ਨਾਲੋਂ ਮਿੱਟੀ ਝਾੜਨ ਦੇ ਲਈ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ। ਅਸਲ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਮਚਾਕੀ ਖੁਰਦ ਦੇ ਵਿੱਚ ਕੁੱਕੜਾਂ ਦੀ ਬਾਜ਼ੀ ਹੋਈ, ਉੱਥੇ ਉਹੀ ਕੁਛ ਹੋਇਆ ਜਿਹੜਾ ਕੁੱਕੜਾਂ ਦੀ ਬਾਜ਼ੀਆਂ 'ਤੇ ਹੁੰਦਾ ਅਤੇ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਆ ਅਤੇ ਫਿਰ ਅਗਲੇ ਦਿਨ ਯਾਨੀ ਅੱਜ ਪੁਲਿਸ ਜਾਗਦੀ ਆ ਅਤੇ ਪੁਲਿਸ ਕੇਸ ਦਰਜ ਕਰਨ ਦੀ ਗੱਲ ਕਰਦੀ ਆ। ਸਪਸ਼ਟ ਆ ਕਿ ਇਸ ਮਾਮਲੇ ਨੂੰ ਠੰਡੇ ਬਸਤੇ ਪਾਉਣ ਦੇ ਲਈ ਇਹ ਕਾਰਵਾਈ ਕੀਤੀ ਜਾ ਰਹੀ ਆ, ਕੇਸ ਦਰਜ ਕਰਨ ਦੀ ਗੱਲ ਕੀਤੀ ਜਾ ਰਹੀ ਆ, ਕਿਉਂਕਿ ਹੁਣ ਨਾ ਤਾਂ ਉਹ ਕੁੱਕੜ ਲੱਭਣੇ ਆ ਅਤੇ ਨਾ ਹੀ ਉਹ ਬਾਜ਼ੀ ਕਰਵਾਉਣ ਵਾਲੇ ਅਤੇ ਨਾ ਹੀ ਉਹ ਲੋਕ ਜਿਹੜੇ ਬਾਜ਼ੀ ਨੂੰ ਉਤਸ਼ਾਹਿਤ ਕਰਨ ਲਈ ਉੱਥੇ ਪਹੁੰਚੇ ਹੋਏ ਸੀ। ਸੋ ਕੁੱਲ ਮਿਲਾ ਕੇ ਇਸ ਮਾਮਲੇ ਨੂੰ ਠੰਡਾ ਕਰਨ ਦੇ ਲਈ, ਇਸ ਮਾਮਲੇ ਨੂੰ ਠੰਡੇ ਵਾਸਤੇ ਪਾਉਣ ਦੇ ਲਈ ਪੁਲਿਸ ਹੁਣ FIR ਦਰਜ ਕਰਨ ਦੀ ਗੱਲ ਕਰ ਰਹੀ ਹੈ। ਜੀ, ਇੱਕ ਵੀਡੀਓ ਆਨਲਾਈਨ ਵਾਇਰਲ ਹੋ ਰਹੀ ਹੈ ਜਿਸ ਵਿੱਚ ਆਪਣੇ ਸਦਰ ਥਾਣੇ ਦੇ ਪਿੰਡ ਸਦਰ ਫਰੀਦਕੋਟ ਥਾਣੇ ਦਾ ਪਿੰਡ ਮਚਾਕੀ ਖੁਰਦ ਦੀ ਕਹਿੰਦੇ ਸੰਬੰਧ ਦੱਸੀ ਜਾਂਦੀ ਹੈ, ਜਿੱਥੇ ਕਿ ਕੋਕ ਫਾਈਟ ਕੁੱਕੜਾਂ ਦੀ ਲੜਾਈ ਦਿਖਾਈ ਜਾ ਰਹੀ ਹੈ ਜਿਹੜੀ ਕਿ ਅਨਧਿਕਾਰਤ ਹੈਗੀ ਹੈ। ਉਸ ਅਸੀਂ ਵੀਡੀਓ ਦਾ ਕੋਗਨੀਜੈਂਸ ਲੈਂਦੇ ਹੋਏ ਇੱਕ FIR ਦਰਜ ਕਰ ਰਹੇ ਹਾਂ IPC ਤੇ ਪ੍ਰਵੈਂਸ਼ਨ ਟੂ ਕਰਿਓਲਟੀ ਅਗੇਂਸਟ ਐਨੀਮਲਸ ਐਕਟ ਦੇ ਅੰਦਰ ਅਲੱਗ ਅਲੱਗ ਧਾਰਾਵਾਂ ਜੀ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫਾਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫਾਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸਦਾ ਪਤਾ ਲੱਗ ਸਕੇ। ਸਾਡੀਆਂ ਖਬਰਾਂ, ਸਾਡਾ ਤਰੱਦਦ, ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਕੁਝ ਕੁ ਦਿਨ ਪਹਿਲਾਂ ਤੁਸੀਂ ਇੱਕ ਵੀਡੀਓ ਦੇਖੀ ਸੀ ਕਿ ਇੱਕ ਪੁਲਿਸ ਦਾ ਥਾਣੇਦਾਰ ਕੁੱਕੜ ਨੂੰ ਚੋਗਾ ਪਾ ਰਿਹਾ ਸੀ। ਅਸਲ ਦੇ ਵਿੱਚ ਉਹ ਕਾਰਵਾਈ ਕੀਤੀ ਸੀ ਬਠਿੰਡਾ ਦੇ SSP ਨੇ ਉਸ ਪਿੰਡ ਵਾਲਿਆਂ ਦੇ ਖਿਲਾਫ ਜਿਹੜੇ ਕਿ ਕੁੱਕੜਾਂ ਦੀ ਬਾਜ਼ੀ ਕਰਵਾ ਰਹੇ ਸੀ, ਜਿਹੜੀ ਦੇਸ਼ ਦੇ ਵਿੱਚ ਪਾਬੰਦੀ ਲੱਗੀ ਹੋਈ ਆ ਅਤੇ ਉਸ 'ਤੇ ਇੱਕ ਐਕਟ ਨਵਾਂ ਬਣਿਆ ਹੋਇਆ ਹੈ ਜਿਸ ਦੇ ਵਿੱਚ ਪੰਛੀਆਂ 'ਤੇ ਜ਼ੁਲਮ ਕਰਨ ਦਾ ਐਕਟ ਆ ਜਿਹੜਾ ਉਹ ਲਾਗੂ ਹੁੰਦਾ ਅਤੇ